ਨਾਲ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇਲੈਕਸ਼ਨ ਕੈਂਪੇਨ ਦੀ ਇੱਕ ਹੋਰ ਲੜੀ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ ਤੇ ਅੱਜ ਅਸੀਂ ਪਹੁੰਚ ਗਏ ਹਾਂ ਰਾਈਡਿੰਗ ਬ੍ਰੈਂਪਟਨ ਨਾਰਥ। ਇਹ ਰਾਈਡਿੰਗ ਬੀਤੇ ਕੁਝ ਸਮੇਂ ਤੋਂ ਪੰਜਾਬੀ ਭਾਈਚਾਰੇ ਲਈ ਖਿੱਚ ਦਾ ਕੇਂਦਰ ਰਹੀ ਹੈ, ਕਿਉਂਕਿ ਬੀਤੇ ਕੁਝ ਟਰਮਸ ਤੋਂ ਸਿੱਖ ਮੈਂਬਰ ਪਾਰਲੀਮੈਂਟ ਨੇ ਹੀ ਇਸ ਰਾਈਡਿੰਗ ਤੋਂ ਆਟਵਾ ਦਾ ਰੁਖ ਕੀਤਾ ਹੈ। 2015 ਦੀ ਫੈਡਰਲ ਚੋਣਾਂ ਦੇ ਵਿੱਚ ਲਿਬਰਲ ਉਮੀਦਵਾਰ ਰੂਬੀ ਸਹੋਤਾ ਨੇ 7000 ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕਰਕੇ ਹਾਊਸ ਆਫ ਕਾਮਨਸ ਦੇ ਵਿੱਚ ਆਪਣੀ ਸੀਟ ਪੱਕੀ ਕੀਤੀ ਸੀ ਤੇ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਵੀ ਰੂਬੀ ਸਹੋਤਾ ਮੁੜ ਤੋਂ ਖੜੇ ਹੋਏ ਹਨ ਤੇ ਰੂਬੀ ਸਹੋਤਾ ਅੱਜ ਹਨ ਸਾਡੇ ਉਮੀਦਵਾਰ। ਇਸ ਵੇਲੇ ਅਸੀਂ ਮੌਜੂਦ ਹਾਂ ਬ੍ਰੈਂਪਟਨ ਨਾਰਥ ਤੋਂ ਲਿਬਰਲ ਕੈਂਡੀਡੇਟ ਰੂਬੀ ਸਹੋਤਾ ਦੇ ਨਾਲ। ਸਤਿ ਸ਼੍ਰੀ ਅਕਾਲ ਰੂਬੀ, ਬਹੁਤ ਬਹੁਤ ਸਵਾਗਤ ਹੈ ਪੀਟੀਸੀ ਦੇ ਵਿੱਚ। ਥੈਂਕ ਯੂ ਰੂਬੀ। ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਆਪਣੇ 4 ਸਾਲ ਤੁਸੀਂ ਕਿਸ ਤਰ੍ਹਾਂ ਹਾਊਸ ਆਫ ਕਾਮਨਸ ਦੇ ਵਿੱਚ ਬਿਤਾਏ, ਤੁਹਾਡੀ 4 ਸਾਲ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਕਿਸ ਤਰ੍ਹਾਂ ਰਹੀ? ਆਈ ਥਿੰਕ ਪਿਛਲੇ 4 ਸਾਲ ਮੇਰੇ ਜ਼ਿੰਦਗੀ ਦੇ ਬਹੁਤ ਖੂਬਸੂਰਤ 4 ਸਾਲ ਰਹੇ ਹੈਗੇ ਨੇ। ਬਹੁਤ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈਗਾ ਆ, ਐਂਡ ਐਜ਼ ਅ ਮੈਂਬਰ ਆਫ ਪਾਰਲੀਮੈਂਟ ਬਹੁਤ ਕਮਿਊਨਿਟੀਜ਼ ਦੇ ਨਾਲ, ਡਿਫਰੈਂਟ ਡਿਫਰੈਂਟ ਕਮਿਊਨਿਟੀਜ਼ ਜਿਨ੍ਹਾਂ ਬਾਰੇ ਆਪਾਂ ਨੂੰ ਇੰਨੀ ਜਾਣਕਾਰੀ ਨਹੀਂ ਹੁੰਦੀ ਐਜ਼ ਅ ਰੈਗੂਲਰ ਸਿਟੀਜ਼ਨ, ਉਹਨਾਂ ਨਾਲ ਇੰਟਰੈਕਟ ਕਰਨ ਦਾ, ਉਹਨਾਂ ਨੂੰ ਅੰਡਰਸਟੈਂਡ ਕਰਨ ਦਾ ਮੌਕਾ ਮਿਲਦਾ ਹੈਗਾ। ਸੋ ਆਈ ਥਿੰਕ ਇਨ ਦਿਸ ਰੋਲ ਯੂ ਬਿਕਮ ਵੈਰੀ ਨਾ ਕਿ ਸਿਰਫ ਇਸ਼ੂਜ਼ 'ਤੇ ਨੌਲੇਜਬਲ ਪਰ ਮੋਰ ਓਪਨ ਮਾਈਂਡਡ। ਮਤਲਬ ਹਰ ਇੱਕ ਕਮਿਊਨਿਟੀ ਦੇ ਸੋਚ ਵੱਖ ਵੱਖ ਹੁੰਦੇ ਹੈਗੇ ਨੇ, ਕਈ ਵਾਰ ਨੀਡਸ ਡਿਫਰੈਂਟ ਹੁੰਦੀਆਂ ਨੇ, ਐਂਡ ਕਈ ਵਾਰ ਵੈਸੇ ਹੀ ਜਨਰਲੀ ਤੁਹਾਨੂੰ ਵਰਲਡ ਦੀ ਅੰਡਰਸਟੈਂਡਿੰਗ ਵੱਧ ਆਉਂਦੀ ਹੈਗੀ ਆ ਵੀ ਉਹਨਾਂ ਦੇ ਕਲਚਰਸ ਬਾਰੇ, ਐਂਡ ਹਾਊ ਵੀ ਆਰ ਸੋ ਸਿਮਲਰ, ਕਿਉਂਕਿ ਕੈਨੇਡਾ ਦੇ ਵਿੱਚ ਆਪਣੇ ਕਿੰਨੇ ਡਿਫਰੈਂਟ ਵੱਖ ਕਮਿਊਨਿਟੀਜ਼ ਦੇ ਲੋਕ ਰਹਿੰਦੇ ਹੈਗੇ ਨੇ, ਐਂਡ ਕਈ ਵਾਰ ਆਪਾਂ ਇੱਕ ਇੰਨੀ ਡਾਈਵਰਸਿਟੀ ਬ੍ਰੈਂਪਟਨ ਦੇ ਵਿੱਚ ਰਹਿੰਦੇ ਹੋਏ ਵੀ ਹੁੰਦੇ ਵੀ ਆਪਾਂ ਨੂੰ ਕਈ ਵਾਰ ਆਪਾਂ ਉਹਨਾਂ ਨਾਲ ਚੰਗੀ ਤਰ੍ਹਾਂ ਜੁੜ ਨਹੀਂ ਪਾਉਂਦੇ ਹੈਗੇ ਹੋਰਾਂ ਕਮਿਊਨਿਟੀਜ਼ ਦੇ ਨਾਲ। ਸੋ ਆਈ ਫੀਲ ਵੈਰੀ ਹੈਪੀ ਦੈਟ ਇਨ ਦਿਸ ਰੋਲ ਮੈਨੂੰ ਬਹੁਤ ਹੀ ਇੱਕ ਚੰਗਾ ਮੌਕਾ ਮਿਲਿਆ ਹੈਗਾ ਲੋਕਾਂ ਨੂੰ ਜਾਣਨ ਦਾ, ਪਛਾਣਨ ਦਾ, ਐਂਡ ਆਈ ਥਿੰਕ ਈਵਨ ਮੋਰ ਆਈ ਰਿਅਲਾਈਜ਼ ਨਾਓ ਦੈਟ ਆਪਣੀ ਜਿਹੜੀ ਸਟਰੈਂਥ ਹੈਗੀ ਆ ਆਪਣੀ ਡਾਈਵਰਸਿਟੀ ਦੇ ਵਿੱਚ ਹੀ ਹੈਗੀ ਆ, ਐਂਡ ਵੀ ਆਪਣੇ ਜਿਹੜੇ ਲੋਕ ਡਿਫਰੈਂਟ ਏਰੀਆਜ਼ ਤੋਂ, ਡਿਫਰੈਂਟ ਕੰਟਰੀਜ਼ ਤੋਂ ਆਉਂਦੇ ਹੈਗੇ ਨੇ, ਉਹ ਕਿੰਨੇ ਵਧੀਆ ਡਿਫਰੈਂਟ ਕੰਟਰੀਬਿਊਸ਼ਨਸ ਐਂਡ ਸੋਚ ਲੈ ਕੇ ਆਉਂਦੇ ਹੈਗੇ ਨੇ ਜਿਹੜੇ ਆਪਣੇ ਕੈਨੇਡਾ ਨੂੰ ਬੈਨੀਫਿਟ ਹੁੰਦਾ ਹੈਗਾ ਐਂਡ ਆਫ ਦ ਡੇ। ਜੀ, ਬ੍ਰੈਂਪਟਨ ਨਾਰਥ ਇੱਕ ਅਜਿਹੀ ਰਾਈਡਿੰਗ ਹੈ ਜਿੱਥੋਂ ਫਸਟ ਸਿੱਖ MP ਇਲੈਕਟ ਹੋਏ ਸੀਗੇ, ਔਰ ਤੁਸੀਂ ਹੁਣ ਜਿਸ ਤਰ੍ਹਾਂ ਪਿਛਲੇ 4 ਸਾਲ ਇਸ ਰਾਈਡਿੰਗ ਦੀ ਸੇਵਾ ਕੀਤੀ ਹੈ, ਤੁਸੀਂ ਕਿਹੜੇ ਕਿਹੜੇ ਇਸ਼ੂਜ਼ ਹਾਊਸ ਆਫ ਕਾਮਨਸ ਦੇ ਵਿੱਚ ਇਸ ਰਾਈਡਿੰਗ ਸੰਬੰਧੀ ਚੁੱਕੇ? ਦੇਖੋ, ਆਪਣੇ ਹਮੇਸ਼ਾ ਹੀ ਸਪੈਸ਼ਲੀ ਬ੍ਰੈਂਪਟਨ ਦੀ ਡੈਮੋਗ੍ਰਾਫਿਕਸ ਦੇਖ ਕੇ ਇਮੀਗ੍ਰੇਸ਼ਨ ਦਾ ਤਾਂ ਹਰ ਇੱਕ ਨੂੰ ਹੀ ਪਤਾ ਹੈਗਾ ਵੀ ਇਮੀਗ੍ਰੇਸ਼ਨ ਇਜ਼ ਇੰਪੋਰਟੈਂਟ ਇਸ਼ੂ ਟੂ ਬ੍ਰੈਂਪਟੋਨੀਅਨਸ, ਕਿਉਂਕਿ ਬਹੁਤ ਲੋਕ ਇੱਥੇ ਐਜ਼ ਐਨ ਇਮੀਗ੍ਰੈਂਟ ਸੈਟਲ ਹੋਏ ਹੈਗੇ ਨੇ, ਅਤੇ ਉਹਨਾਂ ਨਾਲ ਕੋਈ ਨਾ ਕੋਈ ਇਮੀਗ੍ਰੇਸ਼ਨ ਦੇ ਕੰਮ ਦੇ ਨਾਲ ਹਜੇ ਵੀ ਉਹਨਾਂ ਦਾ ਕੰਸਰਨ ਰਹਿੰਦਾ ਹੈਗਾ ਆ। ਸੋ ਆਈ ਵੁੱਡ ਸੇ ਦੈਟ ਵਾਜ਼ ਵਨ ਆਫ ਦ ਬਿਗੈਸਟ ਥਿੰਗਸ ਦੈਟ ਆਈ ਹਰਡ ਲਾਸਟ ਇਲੈਕਸ਼ਨ ਐਂਡ ਆਫਟਰ ਆਈ ਗੋਟ ਇਲੈਕਟਡ। ਮੇਰੇ ਆਫਿਸ ਸਾਰੇ ਲੋਕ ਆਉਣ ਲੱਗ ਗਏ ਸੀਗੇ ਜਿਨ੍ਹਾਂ ਨੂੰ ਕੋਈ ਨਾ ਕੋਈ ਇਮੀਗ੍ਰੇਸ਼ਨ ਦਾ ਕੰਮ ਸੀਗਾ, ਐਂਡ ਉਸ ਟਾਈਮ 'ਤੇ ਅਸੀਂ ਸਾਫ਼ ਸਾਫ਼ ਦੇਖ ਸਕਦੇ ਸੀ ਵੀ ਜਦੋਂ ਮੇਰੇ ਆਫਿਸ ਵੀ ਨਹੀਂ ਖੁੱਲ੍ਹਿਆ ਸੀ, ਟਿਮ ਹੋਰਟਨਸ ਦੇ ਵਿੱਚ ਮੈਂ ਬੈਠ ਕੇ ਲੋਕਾਂ ਨਾਲ ਮਿਲਣ ਲੱਗ ਗਈ ਸੀਗੀ ਇਲੈਕਸ਼ਨ ਤੋਂ ਬਾਅਦ, ਆਈ ਵਾਜ਼ ਰੀਅਲਾਈਜ਼ਿੰਗ ਦੈਟ ਆਈ ਕੁਡਨਟ ਬਿਲੀਵ ਦੈਟ ਜਿਹੜੀਆਂ ਯੂ ਨੋ ਸਪਾਊਸਲ ਕੇਸਿਸ ਸੀਗੇ, 3 ਸਾਲ 4 ਸਾਲ ਲੋਕ ਫਿਰ ਰਹੇ ਸੀਗੇ, ਉਹਨਾਂ ਦਾ ਕੇਸ ਹਜੇ ਪਹਿਲੀ ਵਾਰ, ਨਾ ਕਿ ਵੀ ਰਿਫਿਊਜ਼ਲ ਤੋਂ ਬਾਅਦ, ਪਰ ਪਹਿਲੀ ਵਾਰ ਹੀ ਉਹਨਾਂ ਦਾ ਹਜੇ ਕੇਸ ਨਹੀਂ ਪ੍ਰੋਸੈਸ ਹੋਇਆ ਸੀਗਾ, ਐਂਡ ਦੇਰ ਆਰ ਸੋ ਮੈਨੀ ਅਦਰ ਇਸ਼ੂਜ਼ ਦੈਟ ਕੇਮ ਟੂ ਮੀ। ਕੇਅਰ ਗਿਵਰ ਪ੍ਰੋਗਰਾਮ ਦੇ ਵਿੱਚ ਬਹੁਤ ਜਿਹੜੇ ਨੈਨੀ ਬੇਸ 'ਤੇ ਆਏ ਹੋਏ ਸੀਗੇ, ਆਪਣੇ ਪਰਿਵਾਰਾਂ ਨਾਲੋਂ ਉਹ ਜੁਦਾ ਹੋਏ ਹੋਏ ਸੀਗੇ। ਓਵਰ 8 ਈਅਰਸ I had ladies that hadn't seen their children for that long, and phir mainu understanding aayi te realization hoya bhi lokan diyan jehdiyan lives ne oh destroy ho rahi hai giyan ne, so assi badi jaldi de naal immigration de vich processes nu improve kita hega, ode vich tezi liandi hegi aa, hun jehda tusi caregiver da program hega aa,
ਉਹ ਵੀ ਹੁਣ 2 ਸਾਲਾਂ ਦੇ ਵਿੱਚ ਵਿੱਚ ਹੁੰਦਾ ਹੈਗਾ ਆ ਜਿਹੜਾ ਸਪਾਊਸਲ ਦਾ ਹੈਗਾ ਉਹ 12 ਮਹੀਨਿਆਂ ਦੇ ਵਿੱਚ ਵਿੱਚ ਪ੍ਰੋਸੈਸ ਹੁੰਦਾ ਹੈਗਾ ਆ ਐਂਡ ਇਸ ਤਰ੍ਹਾਂ ਦੇ ਕੁਛ ਅਸਾਈਲਮ ਕੇਸਿਸ ਵੀ ਸੀ ਜਿਨ੍ਹਾਂ ਦੀ ਇੱਕ ਵੀ ਹੀਅਰਿੰਗ ਨਹੀਂ ਸੁਣੀ ਗਈ ਸੀਗੀ ਉਹ 7 ਸਾਲ ਦੇ ਇੱਥੇ ਕੰਟਰੀ 'ਚ ਫਿਰ ਰਹੇ ਸੀਗੇ ਇੱਥੇ ਹੀ ਵਰਕ ਪਰਮਿਟਸ 'ਤੇ ਕੰਮ ਕੁੰਮ ਕਰਦੇ ਫਿਰ ਰਹੇ ਸੀ ਪਰ ਉਹਨਾਂ ਦਾ ਕੋਈ ਫਾਈਨਲਾਈਜੇਸ਼ਨ ਨਹੀਂ ਸੀ ਮਤਲਬ ਕੋਈ ਹੀਅਰਿੰਗ ਹੀ ਨਹੀਂ ਹੋਈ ਵੀ ਉਹਨਾਂ ਨੂੰ ਰਿਫਿਊਜ਼ ਕੀਤਾ ਜਾਵੇ ਇੱਕ ਐਕਸੈਪਟ ਕੀਤਾ ਜਾਵੇ ਲੋਕਾਂ ਦੇ ਹੀ ਲਾਈਵਸ ਦੇ ਨਾਲ ਆਈ ਥਿੰਕ ਖਿਲਵਾੜ ਹੋ ਰਿਹਾ ਸੀਗਾ and we need to make quicker, swifter decisions and so our sare jinne bhi processing times ne assi thalle liyande hege aa jo canada child benefit assi jadon sadi government bani us to baad hi ohde vich vaada paya ohnu tax free banaya hega tax break ditta middle class nu te jo sab to ameer 1% is country de vich ya ohna da tax vadhaya so that we could give these supports to everybody else who needs it more ਸੋ ਇਹ ਤਾਂ ਹਾਈ ਲੈਵਲ ਵਾਲੀਆਂ ਜਿਹੜੀਆਂ ਹਰੇਕ ਨੂੰ ਸਹੂਲਤਾਂ ਮਿਲੀਆਂ ਹੈਗੀਆਂ ਨੇ ਉਹ ਸੀਗੀਆਂ ਪਰ ਐਜ਼ ਬ੍ਰੈਂਪਟੋਨੀਅਨ ਆਈਵ ਲਿਵਡ ਇਨ ਬ੍ਰੈਂਪਟਨ ਮਾਈ ਹੋਲ ਲਾਈਫ ਆਈ ਫੈਲਟ ਦੈਟ ਬ੍ਰੈਂਪਟਨ ਦੀਆਂ ਵੀ ਇਹ ਪਰਟੀਕੁਲਰ ਨੀਡਸ ਵੀ ਹੈਗੀਆਂ ਨੇ ਪਰ ਆਫਕੋਰਸ ਆਪਾਂ ਆਪਣੀ ਮਿਊਨਸਿਪੈਲਿਟੀ ਨਾਲ ਵੀ ਚੰਗੀ ਤਰ੍ਹਾਂ ਕੰਮ ਕਰਕੇ ਉਹਨਾਂ ਦੀਆਂ ਨੀਡਸ ਦੇਖਣੀਆਂ ਨੇ ਕਿਉਂਕਿ ਜਿਹੜੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਹੁੰਦੇ ਹੈਗੇ ਨੇ ਉਹ ਮਿਊਨਸਿਪੈਲਿਟੀ ਤੋਂ ਹੀ ਸ਼ੁਰੂ ਹੁੰਦੇ ਹੈਗੇ ਨੇ ਡਿਸੀਜਨਸ ਉਹ ਬਣਾਉਂਦੇ ਹੈਗੇ ਨੇ ਵੀ ਸਾਨੂੰ ਬ੍ਰੈਂਪਟਨ ਦੀ ਗਰੋਥ ਕਿਸ ਤਰ੍ਹਾਂ ਚਾਹੀਦੀ ਹੈਗੀ ਆ ਅਤੇ ਅਸੀਂ ਉਹਨਾਂ ਦਾ ਸਾਥ ਦੇਣਾ ਹੁੰਦਾ ਹੈਗਾ ਆ ਇਹਨਾਂ ਕੰਮਾਂ ਦੇ ਵਿੱਚ ਸੋ ਵੀ ਲਰਨਡ ਐਂਡ ਮੈਟ ਹਾਓ ਕਾਉਂਸਲ ਵਰਕਸ ਐਂਡ ਮੈਟ ਆਲ ਆਵਰ ਕੋਲੀਗਸ ਐਂਡ ਉਹਨਾਂ ਨਾਲ ਹੁਣ ਤੱਕ ਵੀ ਇਹ ਚੇਂਜ ਆਫ ਗਵਰਨਮੈਂਟ ਵੀ ਆਈ ਹੈਗੀ ਆ ਕੁਛ ਕਾਉਂਸਲਰਸ ਚੇਂਜ ਹੋਏ ਨੇ ਆਪਣਾ ਮੇਅਰ ਚੇਂਜ ਹੋਇਆ ਹੈਗਾ ਬਟ ਆਈ ਥਿੰਕ ਜੇ ਤੁਸੀਂ ਉਹਨਾਂ ਨਾਲ ਕਿਸੇ ਨਾਲ ਵੀ ਗੱਲਬਾਤ ਕਰੋ ਯੂ ਵਿਲ ਸੀ ਦੈਟ ਪਿਛਲੇ 4 ਸਾਲਾਂ ਦੇ ਵਿੱਚ ਫੈਡਰਲ ਲੈਵਲ ਤੋਂ ਅਸੀਂ ਹਮੇਸ਼ਾ ਜਦੋਂ ਵੀ ਉਹਨਾਂ ਨੇ ਕੋਈ ਮੀਟਿੰਗ ਰੱਖੀ ਹੈਗੀ ਇਸ ਇਸ਼ੂਜ਼ 'ਤੇ ਅਸੀਂ ਪਹੁੰਚੇ ਹੈਗੇ ਹਾਂ ਪ੍ਰੋਐਕਟਿਵਲੀ ਆਲਸੋ ਖੁਦ ਅਸੀਂ ਉਹਨਾਂ ਨੂੰ ਹਮੇਸ਼ਾ ਇਨਫੋਰਮਡ ਰੱਖਿਆ ਹੈਗਾ ਆ ਵੀ ਕਿਹੜੀ ਫੰਡਿੰਗ ਸਟ੍ਰੀਮਸ ਆ ਰਹੀਆਂ ਹੈਗੀਆਂ ਨੇ ਫੈਡਰਲ ਗਵਰਨਮੈਂਟ ਬਿੰਨੀਓ ਜਿਹਦੇ ਵਿੱਚ ਉਹ ਪ੍ਰੋਜੈਕਟਸ ਨੂੰ ਸਬਮਿਟ ਕਰ ਸਕਦੇ ਹੈਗੇ ਨੇ ਐਂਡ ਆਈ ਐਮ ਵੈਰੀ ਪ੍ਰਾਊਡ ਦੈਟ ਜਿੰਨੇ ਵੀ ਪ੍ਰੋਜੈਕਟਸ ਸਾਨੂੰ ਮਿਊਨਿਸਪੈਲਿਟੀ ਤੋਂ ਆਏ ਹੈਗੇ ਨੇ ਆਪਣੀ ਸਿਟੀ ਤੋਂ ਆਏ ਹੈਗੇ ਨੇ ਅਸੀਂ ਉਹ ਸਾਰੇ ਪ੍ਰੋਜੈਕਟਸ ਅਪਰੂਵ ਕੀਤੇ ਹੈਗੇ ਨੇ ਕੁਛ ਕੰਪਲੀਕੇਸ਼ਨਸ ਹੁਣ ਪਿਛਲੇ ਸਾਲ ਦੇ ਵਿੱਚ ਆ ਰਹੀਆਂ ਹੈਗੀਆਂ ਨੇ ਕਿਉਂਕਿ ਪ੍ਰਾਇਓਰਟੀਜ਼ ਬਦਲ ਗਈਆਂ ਹੈਗੀਆਂ ਪ੍ਰੋਵਿੰਸ ਦੀਆਂ ਕਿਉਂਕਿ ਕੁਛ ਪ੍ਰੋਜੈਕਟਸ ਹੁੰਦੇ ਨੇ ਉਹ ਸਾਰੇ 3 ਲੈਵਲਸ ਨੂੰ ਇਕੱਠੇ ਕਰਕੇ ਇਕੱਠੇ ਕੰਮ ਕਰਨਾ ਪੈਂਦਾ ਹੈਗਾ ਇਕੱਠਿਆਂ ਦੀ ਕੰਟਰੀਬਿਊਸ਼ਨ ਹੁੰਦੀ ਹੈਗੀ ਆ ਸੋ ਦੇਰ ਹੈਵ ਬੀਨ ਸਮ ਪ੍ਰੋਜੈਕਟਸ ਲਾਈਕ ਦੀ ਇਲੈਕਟ੍ਰਿਕ ਬੱਸ ਪ੍ਰੋਜੈਕਟ that was delayed kyunki province had pulled out unhone apna hissa kad liya si ode vich te assi unna da vi hissa khud paya hega federal level to and there's been many things like that jide vich assi hissa vad pa rahe hegiyan hun federal gas tax da jehda transfer janda hega oh vi assi double kar ditta si cities layi kyunki jehda infrastructure di money unhone province de hisse to nahi hundi aa oh band ho gayi si so city nu bahut zyada apde budget balance karn de vich mushkil aa rahi si so we've been working with our city and I think sare levels nu ikatthe nu kam karna chahida hega ਡਗਫੋਰਡ ਤੋਂ ਅਸੀਂ ਸੁਣ ਰਹੇ ਹੈਗੇ ਹਾਂ ਵੀ ਜੇ ਸਾਡੀ ਸਰਕਾਰ ਦੁਬਾਰਾ ਆਉਂਦੀ ਹੈਗੀ ਆ ਫਿਰ ਉਹ ਸਾਡੇ ਨਾਲ ਕੰਮ ਕਰਨਗੇ ਪਰ ਫਿਲਹਾਲ ਇਸ ਸਾਲ ਉਹਨਾਂ ਨੇ ਕਾਫੀ ਚੀਜ਼ਾਂ 'ਤੇ ਰੁਕਾਵਟ ਪਾਈ ਹੋਈ ਹੈਗੀ ਆ ਜਿੰਨੇ ਕੰਸਟਰਕਸ਼ਨ ਪ੍ਰੋਜੈਕਟਸ ਚੱਲਣੇ ਚਾਹੀਦੇ ਸੀ ਇਸ ਸਾਲ ਦੇ ਵਿੱਚ ਉਹ ਰੁਕੇ ਪਏ ਹੈਗੇ ਨੇ ਇਹਦੇ ਨਾਲ ਲੋਕਾਂ ਦਾ ਹੀ ਨੁਕਸਾਨ ਹੁੰਦਾ ਹੈਗਾ ਕਿਉਂਕਿ ਉਹਦੇ ਨਾਲ ਸਿਰਫ ਪ੍ਰੋਗਰੈਸ ਵੀ ਨਹੀਂ ਹੁੰਦੀ ਹੈਗੀ ਸਿਟੀ ਦੀ ਐਂਡ ਆਲਸੋ ਜੋ ਕੰਸਟਰਕਸ਼ਨ ਦੀਆਂ ਜੋਬਸ ਹੁੰਦੀਆਂ ਹੈਗੀਆਂ ਨੇ ਉਹਨਾਂ 'ਤੇ ਵੀ ਇੰਪੈਕਟ ਪੈਂਦਾ ਹੈਗਾ ਆ ਉਹ ਜੋਬਲੈਸ ਫਿਰ ਉਹ ਸੀਜ਼ਨ ਰਹਿੰਦੇ ਹੈਗੇ ਨੇ ਸੋ ਆਈ ਥਿੰਕ ਦੈਟਸ ਵਾਈ ਵੀ ਸੀਇੰਗ ਅ ਲੋਟ ਆਫ ਸਪੋਰਟ ਫਰੋਮ ਦ ਯੂਨੀਅਨਸ ਜਿਸ ਤਰ੍ਹਾਂ ਲਾਯੂਨਾ ਯੂਨੀਅਨ ਕੰਸਟਰਕਸ਼ਨ ਵਰਕਰਸ ਦੀ ਹੈਗੀ ਆ ਉਹ ਵੀ ਸਾਨੂੰ ਪਬਲਿਕਲੀ ਇੰਡੋਰਸ ਕਰ ਰਹੇ ਹੈਗੇ ਨੇ ਸਪੋਰਟ ਕਰ ਰਹੇ ਹੈਗੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਆ ਵੀ ਜੇ ਕੋਈ ਗਵਰਨਮੈਂਟ ਇਨਫਰਾਸਟਰਕਚਰ ਦੇ ਵਿੱਚ ਸਾਥ ਦੇ ਰਹੀ ਹੈਗੀ ਆ ਕੰਸਟਰਕਸ਼ਨ ਇੰਡਸਟਰੀ ਦੀ ਦੈਟ ਇਜ਼ ਦ ਫੈਡਰਲ ਗਵਰਨਮੈਂਟ ਐਂਡ ਸੋ ਦੈਟਸ ਵਾਈ ਵੀ ਆਰ ਸੀਇੰਗ ਅ ਲੋਟ ਆਫ ਦੀਜ਼ ਯੂਨੀਅਨਸ ਕਮ ਔਨ ਬੋਰਡ and support us Unifor da vi leader ne bahut saath ditta hai ga sada kyunki we've been working with them to make sure be jo unna da vision hai ga whether it's for pharma care lots of other things that they lobby for be assi unna te kam kita vi hai ga te unna le time de vich vi platform de vich vi assi is tarah di cheezan liya rahe hai ge han jide assi 4 saalan de vich lokan to demands suniyan hai ge ਤੁਸੀਂ ਇਮੀਗ੍ਰੇਸ਼ਨ ਦੀ ਗੱਲ ਕੀਤੀ ਸੀ ਇਮੀਗ੍ਰੇਸ਼ਨ ਪਾਲਿਸੀ ਸੰਬੰਧੀ ਪਰ ਜੇ ਅਸੀਂ ਗੱਲ ਕਰੀਏ ਕਿ ਇਲੀਗਲ ਬਾਰਡਰ ਕ੍ਰੋਸਿੰਗ ਦੀ ਅਤੇ ਕਈ ਕੈਨੇਡੀਅਨਸ ਨੇ ਵੱਡੀ ਗਿਣਤੀ 'ਚ ਕੈਨੇਡੀਅਨਸ ਨੇ ਕਾਫੀ ਗੁੱਸਾ ਵੀ ਦਿਖਾਇਆ ਸੀ ਕਿ ਲਿਬਰਲ ਸਰਕਾਰ ਨੇ ਅਜ਼ਾਲਮ ਸੀਕਰਸ ਲਈ ਕਾਫੀ ਲੀਨੈਂਟ ਰਹੀ ਹੈ ਲਿਬਰਲ ਸਰਕਾਰ ਉਹਨਾਂ ਨੇ ਜਿਹੜੀ ਇਲੀਗਲ ਬਾਰਡਰ ਕ੍ਰੋਸਿੰਗ ਹੋ ਰਹੀ ਸੀ ਉਸ ਸੰਬੰਧੀ ਕੁਝ ਜ਼ਿਆਦਾ ਕਦਮ ਨਹੀਂ ਚੁੱਕੇ ਉਸ ਬਾਰੇ ਕੀ ਸਟੈਂਡ ਹੈਗਾ ਤੁਹਾਡਾ
सो सिर्फ साड़ी का गवर्नमेंट ने ही कदम चुकया हैगा ये जरा लूपहोल हैगा इनू क्लोज करन लई ये लूपहोल असी नहीं क्रिएट किया हैगा पिछले इस तो पहला असी तो 4 साल दे आए हैगे इस तो पहला 10 साल हार्पर दी गवर्नमेंट रही हैगी आ क्यों नहीं उन्होंने लूपहोल क्लोज कर दिता उस टाइम ते भी असाइलम सीकरस अपने बॉर्डर ते आउंदे हुंदे सीगे जां अपने बिना पॉइंट ऑफ एंट्री वाले एरियाज आउंदे हुंदे सी हुण जदों इनफ्लक्स आ गया हैगा क्योंकि माइग्रेशन प्रॉब्लम दुनिया ते चल रही हैगी आ तां उस तो बाद उस इशू नूं देख के असीं समझ के हुण उहदे ते एक्शन लै रहे हैगे आ पर वी डिड नॉट क्रिएट दिस लूपहोल असीं कोई लॉ नहीं चेंज कीता सी जिहदे नाल ए इनफ्लक्स शुरू होया हैगा आ पर यू नो पीपल सी कैनेडा as a country of hope people see canada as a place where they want to live they ede vich ta koi shak di gal nahi hai ki that we live in the best country in the world and that's why so many people from around the world want to come to canada and I think khas karke jadon unnan lag reha hega bhi government bhi itthe di bahut changi hegi a uddu bhi jyada lokan ch desire aa jandi hegi a bhi assi kyon na assi bhi canada de vich settle hoiye right and I think that's why we see that people even more than before want to come to canada because they see this openness this you know acceptance of diversity and kisi na kisi time they assi bhi ehi hopes and dreams leke aaye sige they mere parents leke aaye sige so I don't blame people for having those hopes and dreams but you know we think that the immigration system should be fair and so jadon a problem arise hoi spike hoi asylum numbers de vich assi action leya sade jehde haitian mps vi hage ne nigeria nal vi assi communicate kita kuch fake news chal rahi sigi whatsapp te social media te jo lokan nu galat information de rahe sige and ode karke us to zyada bhi spike hoya and plus we had an issue with the president of the united states jo bayan oh de rahe si paame unhone law koi khas karke change nahi kite immigration de apni country de par jis tarah de unhone bayan aa rahe sige ohnu leke vi log ghabra rahe sige and that's why we saw an influx at our borders so a global circumstances hunde aa par assi ਉਹਦੇ ਨਾਲ ਚੰਗੀ ਤਰੀਕੇ ਦੇ ਨਾਲ ਡੀਲ ਕੀਤਾ ਹੈਗਾ ਐਂਡ ਹੁਣ ਜੇ ਤੁਸੀਂ ਕਿਊਬੈਕ ਨਿਊਯਾਰਕ ਦੇ ਬੋਰਡਰ ਦੇ 'ਤੇ ਜਾ ਕੇ ਦੇਖੋ ਦ ਇਨਫਲਕਸ ਹੈਜ਼ ਸਲੋ ਡਾਊਨ ਅ ਲੋਟ ਆਈ ਥਿੰਕ ਰੀਸੈਂਟਲੀ ਮੇਨਸਟ੍ਰੀਮ ਮੀਡੀਆ ਵੀ ਉੱਥੇ ਸ਼ੂਟ ਕਰਨ ਗਿਆ ਸੀ ਐਂਡ ਆਫਟਰ ਵਨ ਹੋਲ ਡੇ ਦੇ ਵਰ ਨੋਟ ਏਬਲ ਟੂ ਸੀ ਐਨੀ ਕ੍ਰੋਸਰਸ ਐਨੀ ਮੋਰ ਸੋ ਪ੍ਰੋਬਲਮ ਨੂੰ ਕਾਫੀ ਹੱਦ ਤੱਕ ਮਿਨੀਮਾਈਜ਼ ਕੀਤਾ ਗਿਆ ਹੈਗਾ ਆ जी मुद्दे होर भी ने और असं अपनी गलबात का सिलसिला जारी रखेंगे पर फिलहाल समा हो गया एक छोटी जी ब्रेक का ब्रेक तो बाद जल्द हाजिर होंगे ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਸਾਡੇ ਅੱਜ ਦੇ ਉਮੀਦਵਾਰ ਹਨ ਬ੍ਰੈਂਪਟਨ ਨਾਰਥ ਤੋਂ ਲਿਬਰਲ ਕੈਂਡੀਡੇਟ ਰੂਬੀ ਸਹੋਤਾ ਰੂਬੀ ਜੀ ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ 2015 ਦੇ ਇਲੈਕਸ਼ਨ ਪਲੇਟਫਾਰਮ ਦੀ ਜੇ ਅਸੀਂ ਗੱਲ ਕਰੀਏ ਤੇ ਕਈ ਵਾਅਦੇ ਕੀਤੇ ਗਏ ਸਨ ਲਿਬਰਲ ਸਰਕਾਰ ਵੱਲੋਂ ਉਹਨਾਂ ਵਾਅਦਿਆਂ ਵਿੱਚੋਂ ਕੁਝ ਜਾਣਨਾ ਚਾਹਾਂਗੇ ਕਿਹੜੇ ਕਿਹੜੇ ਲਿਬਰਲ ਜਿਹੜੀ ਲਿਬਰਲ ਪਾਰਟੀ ਹੈਗੀ ਉਹ ਪੂਰੇ ਕਰ ਚੁੱਕੀ ਹੈ ਹੁਣ ਤੱਕ ਹਾਂਜੀ ਜਿਸ ਤਰ੍ਹਾਂ ਇੱਕ we've just read in the newspaper not too long ago that jo liberal sarkar da record reha hai ga it's been better than any recent government in Canadian history so unhone jadon sare promises nu pichli platform to leke dekhya hai ga ya kuch half complete ho gaye hai ge kuch completely ho gaye and ode vich oh 92% score sanu dende hai ge abhi 92% jehde vaade kite hai ge sige unna te kam kita gaya hai ga is government ne and so I think that record is better than and they've told us that that record is better than any other government so I'm quite proud about that but jo assi pichle campaign de vich te is campaign de vich vi jehda focus rakhde hege on middle class te hega or job creation te hega ya and khas karke you know that's something that we're very proud of that pichle 4 saalan de vich over 1 million jobs create hoye hege in this country de vich and
That's the main concern when we come to people's doors, right? A good future for their children, a good future for them. And ahi log dekhna chahunde hai gine bhi ki sade jo economy hai gi ya oh is sarkar de thalle vadhiya chal rahi hai gi ya ko unu problems aa rahi hai gi ya ne. And I can say that pichle 10 saal ch inya jobs nahi create hoya hai gi ya. That's Canada can tell us this. Jinnia pichle 4 saalan de vich hoya hai gi ya ne. And even is time te bhi je aap dekho comparatively jo ਬਾਕੀ G7 ਕੰਟਰੀਜ਼ ਨੇ ਉਹ ਤੋਂ ਵਧੀਆ ਆਪਣੀ ਇਕਾਨਮੀ ਚੱਲ ਰਹੀ ਹੈਗੀ ਆ ਕੁਛ ਇਕਾਨਮਿਸਟ ਕਈ ਵਾਰ ਡਾਊਟ ਵੀ ਕਰਦੇ ਸੀਗੇ ਪਰ ਫਿਰ ਉਹਨਾਂ ਦੇ ਡਾਊਟ ਅਸੀਂ ਡਿਸਪਰੂਵ ਕੀਤੇ ਗਏ ਹੈਗੇ ਨੇ ਦੀ ਇਕਾਨਮੀ ਹੈਜ਼ ਬਿਨ ਹੋਲਡਿੰਗ ਸਟੱਡੀ ਐਂਡ ਜਦੋਂ ਅਮੈਰੀਕਾ ਆਸਟ੍ਰੇਲੀਆ UK ਦੀ ਇਕਾਨਮੀਜ਼ ਸਟਰਗਲ ਕਰ ਰਹੀਆਂ ਹੈਗੀਆਂ ਨੇ ਔਰ ਇਕਾਨਮੀ ਇਜ਼ ਸਟਿਲ ਡੂਇੰਗ ਵੈਲ ਅਨਇੰਪਲੋਇਮੈਂਟ ਰੇਟ ਜੋ ਹੈਗਾ ਆ ਐਜ਼ ਅ ਗੁੱਡ ਇੰਡੀਕੇਟਰ ਜਿਹੜੀ ਅਨਇੰਪਲੋਇਮੈਂਟ ਹੈਗੀ ਆ 40 ਸਾਲ ਤੋਂ ਸਭ ਤੋਂ ਲੋਅ ਹੈਗੀ ਆ ਇਸ ਟਾਈਮ 'ਤੇ ਐਂਡ ਸੋ ਮੇਰੀ ਸਾਰੀ ਲਾਈਫ ਦੇ ਵਿੱਚ ਇੰਨੀ ਲੋਅ ਅਨਇੰਪਲੋਇਮੈਂਟ ਨਹੀਂ ਹੋਈ ਹੈਗੀ ਜਿੰਨੀ ਅੱਜ ਹੈਗੀ ਆ ਦੈਟ ਇਜ਼ ਗੁੱਡ ਪਰੂਫ that what we're doing, the investments are working. And so asi ehi pichli var vada kita si bhi asi lokan de vich apni communities de vich different sectors de vich invest karange growth create karange is country layi asi budget si gal kiti sigi but we think that having a strong budget and getting to a balanced budget is best done by growing the economy, right? And so this is what we've been showing in the last little while. So jehda sada debt to GDP ratio o shrink hoi ja reha hai gaya, and that's a very healthy sign. So sada ehi plan hai ga going forward bhi assi is tarah de investments hi banaunde rahange jide naal sadiyan jobs hor create hon hor growth is country de naal create kiti jave. We don't want to artificially just make cuts. ਜਿਸ ਤਰ੍ਹਾਂ ਕੰਜ਼ਰਵੇਟਿਵ ਗਵਰਨਮੈਂਟਸ ਪ੍ਰਪੋਜ਼ ਕਰ ਰਹੀਆਂ ਹੈਗੀਆਂ ਨੇ ਅਤੇ ਦਿਖਾ ਵੀ ਰਹੀਆਂ ਹੈਗੀਆਂ ਨੇ ਇੱਥੇ ਓਨਟੇਰੀਓ ਦੇ ਵਿੱਚ ਅਤੇ ਹੋਰ ਵੀ ਪ੍ਰੋਵਿੰਸਿਸ ਦੇ ਵਿੱਚ ਵੀ ਵਾਂਟ ਟੂ ਕ੍ਰੀਏਟ ਮੋਰ ਜੋਬਸ ਇਨ ਔਰਡਰ ਟੂ ਗੈਟ ਆਰ ਬਜਟ ਬੈਲੈਂਸਡ ਐਟ ਵਨ ਪੁਆਇੰਟ ਰਾਈਟ ਸੋ ਦੈਟ ਇਜ਼ ਦ ਬੈਸਟ ਵੇ ਟੂ ਡੂ ਇਟ ਥਰੂ ਗਰੋਥ ਇਸ ਵੇਲੇ ਰੂਬੀ ਕੈਨੇਡਾ ਦੇ ਵਿੱਚ ਇੱਕ ਮੇਜਰ ਇਸ਼ੂ ਹੈਗਾ ਗਨਸ ਐਂਡ ਗੈਂਗ ਵਾਇਲੈਂਸ ਦਾ ਅਤੇ ਲਿਬਰਲ ਪਾਰਟੀ ਨੇ ਇਹ ਵੀ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਗਨਸ ਅਤੇ ਹੈਂਡ ਗਨਸ ਦੇ ਉੱਤੇ ਬੈਨ ਲਗਾਵਾਂਗੇ ਪਰ ਹਾਲੇ ਤੱਕ ਅਸੀਂ ਉਹ ਬੈਨ ਦੇਖ ਨਹੀਂ ਰਹੇ ਹਾਂ ਸੋ ਰੀਸੈਂਟਲੀ ਅਨਾਊਂਸਮੈਂਟ ਹੋਇਆ ਹੈਗਾ ਵੀ ਅਸੀਂ ਅਸੋਲਟ ਰਾਈਫਲਸ ਨੂੰ ਬਿਲਕੁਲ ਹੀ ਇਸ ਕੰਟਰੀ ਤੋਂ ਬੈਨ ਕਰ ਦੇਵਾਂਗੇ ਵੀ ਵਿਲ ਬੈਨ ਮਿਲਟਰੀ ਸਟਾਈਲ ਅਸੋਲਟ ਰਾਈਫਲਸ ਐਂਡ ਸਟਾਰਟ ਅ ਬਾਈਬੈਕ ਪ੍ਰੋਗਰਾਮ ਫਾਰ ਆਲ ਮਿਲਟਰੀ ਗ੍ਰੇਡ ਵੈਪਨਸ ਦੈਟ ਵਰ ਲੀਗਲੀ ਪਰਚੇਸਡ We will not bring back the long gun registry, and we will continue to respect Canadian farmers and hunters. But we know you do not need a military-grade assault weapon, one designed to kill the largest number of people in the shortest amount of time, to take down a deer. Dekho, sadi ਪਾਰਟੀ ਦੇ ਵਿੱਚ ਵੀ ਇਹ ਬਹੁਤ ਖਾਸ ਕਰਕੇ ਸਾਨੂੰ ਇੱਕ ਕਾਫੀ ਵੱਡੀ ਪ੍ਰਾਇੋਰਟੀ ਹੈਗੀ ਆ ਸਾਡੇ ਲਈ ਪਰ ਪਿਛਲੇ ਇਲੈਕਸ਼ਨ ਦੇ ਵਿੱਚ ਕਿਉਂਕਿ ਅਸੀਂ ਇਹ ਮੁੱਦਾ ਪਲੈਟਫਾਰਮ ਦੇ ਵਿੱਚ ਨਹੀਂ ਪਾਇਆ ਸੀਗਾ ਸਾਡੀ ਪਾਰਟੀ ਦੀ ਇਹੀ ਡਿਸੀਜਨ ਸੀ ਵੀ ਇਸ ਟਾਈਮ ਅਸੀਂ ਪਲੈਟਫਾਰਮ ਦੇ ਵਿੱਚ ਇਹਦਾ ਇਹਨੂੰ ਪ੍ਰੋਮਿਸ ਕਰਾਂਗੇ ਅਤੇ ਜੇ ਲੋਕਾਂ ਨੂੰ ਇਸ ਤਰ੍ਹਾਂ ਦੇ ਬੈਨ ਪਸੰਦ ਆਏ ਉਹਨਾਂ ਨੇ ਆਪਾਂ ਨੂੰ ਵੋਟ ਪਾਈ ਆਪਾਂ ਨੂੰ ਮੈਂਡੇਟ ਦੁਬਾਰਾ ਦਿੱਤਾ ਦੈਨ ਵੀ ਕੈਨ ਟੇਕ ਸਵਿਫਟ ਐਕਸ਼ਨ ਔਨ ਦੀਸ ਥਿੰਗਸ ਐਂਡ ਅਸੀਂ ਹੈਂਡਗਨਸ ਦਾ ਜੋ ਬੈਨ ਹੈਗਾ ਸੋ ਅਸੋਲਟ ਰਾਈਫਲਸ ਦਾ ਤਾਂ ਪ੍ਰੋਮਿਸ ਕਰ ਦਿੱਤਾ ਹੈਗਾ ਵੀ ਦੈਟ ਹੈਜ਼ ਨੋ ਪਲੇਸ ਇਨ ਆਰ ਕੰਟਰੀ ਕੋਈ ਲੋੜ ਨਹੀਂ ਹੈਗੀ ਕਿਸੇ ਨੂੰ ਵੀ ਟੂ ਹੈਵ ਐਨ ਆਟੋਮੈਟਿਕ ਅਸੋਲਟ ਰਾਈਫਲ ਕਿਉਂਕਿ ਉਹਦੇ ਨਾਲ ਨਾ ਤਾਂ ਹੰਟਿੰਗ ਦੀ ਲੋੜ ਹੈਗੀ ਆ ਰਿਕੁਆਇਰਮੈਂਟ ਹੈਗੀ ਆ ਅਤੇ ਨਾ ਕੋਈ ਵੀ ਐਵਰੇਜ ਕੈਨੇਡੀਅਨ ਨੂੰ ਆਈ ਥਿੰਕ ਇਸ ਦੀ ਲੋੜ ਹੈਗੀ ਆ ਸੋ ਈਵਨ ਇਫ ਯੂ ਲੁੱਕ ਐਟ ਸਪੋਰਟਸ ਰਾਈਟ ਸੋ ਜੋ ਹੈਂਡਗਨ ਦੀ ਬੈਨ ਹੈਗੀ ਆ ਉਹ ਖਾਸ ਕਰਕੇ ਅਰਬਨ ਸੈਂਟਰਸ ਦੀ ਪ੍ਰੋਬਲਮ ਜ਼ਿਆਦਾ ਵੱਧ ਰਹੀ ਹੈਗੀ ਆ ਸੋ ਵੀ ਹੈਵ ਗਿਵਨ ਸਿਟੀਜ਼ we're going to be working with them in the provinces to make sure jehde cities ban chonde hai gaya handgun da ode naal assi cooperate karke oh ban unna le effect de vich le aa sakiye par is to vadh vi assi hun jo province da masla hunda hega ya police force da municipality police forces jehdiyan hai gaya peel regional police opp nu eh province to fund kiti jandi hegi ya and
पहली बार हिस्टोरिकली असी फैडरल गवर्नमेंट भी नहीं हो 65 million dollars ओंटेरियो नू दिते हैगे ने क्योंकि खास करके सानू ग्रेटर टोरंटो एरिया दे विच नीड दिस रही हैगी आ प्रॉब्लम दिस रही हैगी आ सो ए भावें साडी ज्यूरिसडिक्शन नहीं हैगी उन्हां दी पुलिस एजेंसीज नू फंड करना ए उन्हां दे थल्ले हैगा आ पर तां भी असी वध के उन्हां दे नाल काम कीता हैगा आ प्रोविंस दे नाल बैठे हैगे आ ते उन्हां नू पैसे दिते हैगे आ पहलां तां अप्रैल दे विच उन्हां ने सिर्फ 11 million ही लैन लई मन्ने सीगे उन्होंने 11 million ही लिया सीगा पर हुण असीं दोबारा उन्हां नाल गलबात कीती हैगी आ ते बाकी दा भी जिहड़ा 65 million 54 million जिहड़ा रहिंदा सीगा उह वी उन्हां नूं उह लै चुके हैगे ने हुण एंड दे आर गोइंग टू बी गिविंग दैट टू ऑल देयर डिफरेंट लोकल पुलिस एजेंसीज ऑन द ग्राउंड सो दैट उह स्पेसिफिकली सिर्फ गन्स एंड गैंग्स वायलेंस नूं इशू एड्रेस करन लई एंड इस तों अलावा भी असीं होर भी काम इस तों पहलां भी कीते हैगे ने C71 दे विच असीं ऑलरेडी बैकग्राउंड चैक्स सख्त कर दित्ते हैगे ने गन ओनर्स लई एंड ऑलसो असीं हर एक साल $100 million वी हैव बीन पुटिंग टूवर्ड्स द रूट कॉज ऑफ दिस प्रॉब्लम सो मतलब जिहड़ियां ऑर्गेनाइजेशनस हैल्प करदियां हैगियां ने स्पैशली आपां जदों गैंग्स नूं देखदे हैगे हां काफ़ी बार यंग बच्चे होंदे हैगे ने जिहड़े गैंग्स दे विच इनवॉल्व हो जाते हैं सो उन्हां नूं किस तरह पहलां ही हटाया जाए कोई प्रोडक्टिव चीज़ दिती जाए उन्होंने करने लिए भी वो गैंग्स दे विच ना इनवॉल्व हो सो साड़ी सरकार इहदे विच भी बहुत बिलीव करती हैगी बी वी हैव टू एड्रैस द रूट प्रॉब्लम एंड नॉट जस्ट द सर्फिस लेवल प्रॉब्लम्स आर ऑलवेज राइट सो उहदे विच असीं ऑलरेडी ही इस साल तो पहला कई सालों के फंडिंग दे रहे हैं ऑर्गेनाइजेशंस नू एंड वी आर गोइंग कंटिन्यू टू गो आउट ऑफ आवर वे टू मेक श्योर जी ये प्रॉब्लम अकर हो रही या भी ये ते कंट्रोल किया जाए जी पर जो हैंगन बैन की पॉलिसी हमने रिसेंटली अनाउंस की है जस्टिन ट्रूडो ने वो कैंपेन के दिनों क्यों की है डोंट यू थिंक ये पहले होनी चाहिए थी क्योंकि पिछले एक साल तो जो बॉर्डर सिक्योरिटी मिनिस्टर थे बिल ब्लेयर वो कंसल्टेशन कर रहे थे सो जो लिबरल पार्टी पावर में सी उदो उन्होंने अनाउंसमेंट करनी चाहिए थी सो असी ऑलरेडी आर सी एम पी सो बहुत जो गन्स होंदियाँ है गैंग्स के हाथों के खास करके कई बार स्मगल इलीगल गन्स भी होंदिया ने उदे थे भी असी एक्शन लिया है सो जिस तरह C71 दे विच भी असी बिल दे विच जो पहला ही पास किया गया है उदे विच बैकग्राउंड चैक्स असी स्ट्रिक्ट कर दिते सीगे आर सी एम पी नू सी बी एस ए नू भी एक्स्ट्रा फंडिंग दिती गई सी भी वो आपका काम चंगी तरह कर पाउन बॉर्डर ते भी बहुत गन स्मगलिंग फड़ी गई हैगी जो अपना एयरपोर्ट अपने बहुत नेड़े हैगा आ उन्होंने एक्सट्रा टूल्स दिते गए हैगे ने डॉग टीम्स दिती गई ने होर फंडिंग उन्होंने दिती गई हैगी जिदे विच ओहो चंगी तरह डिटेक्ट कर पाउन भी जिहड़ियां गन्स आ रही है ने अपने अर्बन सेंटर्स दे विच ओह फड़ियां जान सो इस तरह दी चीज़ां ते असीं काम कीता हैगा पर खास करके जिहड़ा हैंडगन बैन अराउंड द होल कंट्री सो असॉल्ट राइफल्स असी मैनशन कर दिता हैगा वो असी तां करके नहीं हजे अनाउंस किया सीगा क्योंकि वी वॉन्टड टू मेक श्योर दैट दैट इज़ वट कनेडियंस वॉन्ट क्योंकि अपना बहुत वड्डा कंट्री हैगा आ सो कई बार जो सिटीज़ की नीड होंगी हैगी रूरल एरियाज़ की नीड नहीं होंगी हैगी सो वी वॉन्ट टू मेक श्योर क्योंकि जो कोई फैडरल लॉ इंप्लीमेंट किया जाता उस सारे कंट्री ले किया जाता है राइट एंड वी वॉन्टड टू फिगर आउट व्हाट द राइट अप्रोच टू दिस प्रॉब्लम इज एंड जिस तरह मैं किया है पिछले कैंपेन दे विच वी डिड नॉट हैव दिस इन आवर प्लेटफॉर्म सो वी वॉन्टड टू मेक श्योर दैट वी पुट इट इन आवर प्लेटफॉर्म एंड जे सानू लोग कनेडियंस मैंडेट दोबारा देंदे है दैन साफ हो जूगा इट वुड बी क्लीयर दैट दिस इज़ द वट पीपल वॉन्ट एंड फिर सानू इंप्लीमेंट करने च असी कोई देरी नहीं लाऊंगे जी जी रूबी असी अपनी गलबात का सिलसिला जारी रखेंगे पर फिलहाल समा हो गया एक छोटी जी ब्रेक का ब्रेक तो बाद जल्द हाजिर होते हैं ਸਾਡੇ ਨਾਲ ਮੌਜੂਦ ਹਨ ਬ੍ਰੈਂਪਟਨ ਨਾਰਥ ਤੋਂ ਲਿਬਰਲ ਉਮੀਦਵਾਰ ਰੂਬੀ ਸਹੋਤਾ ਜੋ ਇਸ ਵੇਲੇ ਡੋਰ ਨੌਕਿੰਗ ਕਰ ਰਹੇ ਹਨ ਰੂਬੀ ਜੀ ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਡੋਰ ਨੌਕਿੰਗ ਪ੍ਰੋਸੈਸ ਚੱਲ ਰਿਹਾ ਹੈ ਕਿੰਨੇ ਡੋਰ ਨੌਕਿੰਗ ਦੇ ਰਾਊਂਡਸ ਪੂਰੇ ਹੋ ਚੁੱਕੇ ਨੇ ਔਰ ਲੋਕੀ ਕੀ ਇਸ਼ੂਜ਼ ਰੇਜ਼ ਕਰ ਰਹੇ ਨੇ
ਕਈ ਰਾਊਂਡਸ ਹੋ ਚੁੱਕੇ ਹੈਗੇ ਨੇ ਪਰ ਇਸ ਸਮਰ ਤੋਂ ਇਲਾਵਾ ਵੀ ਅਸੀਂ ਦੂਸਰੀ ਬਾਕੀ ਜੋ ਸਮਰਸ ਇਸ ਤੋਂ ਪਹਿਲਾਂ ਸੀਗੀਆਂ ਉਹਦੇ ਵਿੱਚ ਵੀ ਡੋਰ ਨੌਕਿੰਗ ਕਰਦੇ ਹੈਗੇ ਹਾਂ ਕਿਉਂਕਿ ਸਮਰ ਇਜ਼ ਅ ਗੁੱਡ ਟਾਈਮ ਅਸੀਂ ਵੀ ਪਾਰਲੀਮੈਂਟ ਤੋਂ ਰਾਈਡਿੰਗਸ ਦੇ ਵਿੱਚ ਹੁੰਦੇ ਹੈਗੇ ਹਾਂ ਸੋ ਹਰ ਇੱਕ ਸਮਰ ਅਸੀਂ ਡਿਫਰੈਂਟ ਨੇਬਰਹੁੱਡ ਦੇ ਵਿੱਚ ਜਾਂਦੇ ਹੈਗੇ ਹਾਂ ਪਰ ਖਾਸ ਕਰਕੇ ਹੁਣ ਇਲੈਕਸ਼ਨ ਹੋਣ ਕਰਕੇ ਵੀ ਹੈਵ ਬਿਗਰ ਟੀਮਸ ਮੋਸਟ ਆਫ ਦ ਟਾਈਮ ਸਪੈਸ਼ਲੀ ਇਨ ਦੀ ਈਵਨਿੰਗਸ ਐਂਡ ਸੋ ਕਾਫੀ ਲੋਕਾਂ ਨਾਲ ਬਾਤ ਕਰਨ ਦਾ ਮੌਕਾ ਮਿਲ ਰਿਹਾ ਹੈਗਾ ਆ ਐਂਡ ਦ ਰਿਸਪੋਂਸ ਹੈਜ਼ ਬਿਨ ਗੁੱਡ ਐਕਚੁਅਲੀ ਆਈ ਕੈਨ ਸੇ ਦੈਟ ਪਿਛਲੀ ਵਾਰ ਨਾਲੋਂ ਜ਼ਿਆਦਾ ਰਿਸਪੋਂਸ ਬੈਟਰ ਮਿਲ ਰਿਹਾ ਇਸ ਵਾਰ ਕਿਉਂਕਿ ਪਿਛਲੀ ਵਾਰ ਅਜੇ ਅਸੀਂ ਅਨਨੋਨ ਕੈਂਡੀਡੇਟ ਸੀਗੇ ਐਂਡ ਲਿਬਰਲ ਪਾਰਟੀ ਨੇ ਕੋਈ ਯੂ ਨੋ ਵੀ ਡਿਡਨਟ ਹੈਵ ਅ ਰੈਕਰਡ ਐਂਡ ਨਾਓ ਵੀ ਹੈਵ ਅ ਰੈਕਰਡ ਦੈਟ ਵੀ ਕੈਨ ਟਾਕ ਅਬਾਊਟ ਸੋ ਇਸ ਵਾਰ ਵੀ ਹੈਵ ਅ ਵੈਰੀ ਪੋਜ਼ਿਟਿਵ ਰਿਸਪੋਂਸ ਐਂਡ ਆਈ ਆਨੈਸਟ ਟੂ ਸੇ ਅ ਲੋਟ ਆਫ ਪੀਪਲ ਆਨੈਸਟਲੀ ਸਪੀਕਿੰਗ ਅ ਲੋਟ ਆਫ ਪੀਪਲ ਡੂ ਟਾਕ ਅਬਾਊਟ ਪ੍ਰੋਵਿੰਸ਼ਲੀ ਜੋ ਉਹਨਾਂ ਨੇ ਦੇਖਿਆ ਹੈਗਾ ਆ ਆਈ ਥਿੰਕ ਖਾਸ ਕਰਕੇ ਜਦੋਂ ਆਪਾਂ ਡੋਰਾਂ 'ਤੇ ਜਾਂਦੇ ਹੈਗੇ ਹਾਂ ਲੋਕ ਮਿਊਨਸੀਪਲ ਐਂਡ ਪ੍ਰੋਵਿੰਸ਼ਲਸ ਮੁੱਦੇ ਬਹੁਤ ਚੱਕਦੇ ਹੈਗੇ ਨੇ ਐਂਡ ਉਹਨਾਂ ਬਾਰੇ ਸਾਨੂੰ ਐਕਸਪਲੇਨ ਕਰਨ ਦਾ ਵੀ ਕਿਸ ਲੈਵਲ ਆਫ ਗਵਰਨਮੈਂਟ ਹੈਗੀ ਆ ਓਪਰਚੁਨਿਟੀ ਮਿਲਦੀ ਹੈਗੀ ਆ ਪਰ ਅ ਲੋਟ ਆਫ ਪੀਪਲ ਆਰ ਅਫੈਕਟਡ ਬਾਏ ਵਟਸ ਹੈਪਨਿੰਗ ਪ੍ਰੋਵਿੰਸ਼ਲੀ ਰਾਈਟ ਨਾਓ ਕਿਉਂਕਿ ਹੈਲਥ ਕੇਅਰ ਪ੍ਰੋਵਿੰਸ ਦੇ ਨਾਲ ਜੁੜਿਆ ਹੁੰਦਾ ਹੈਗਾ ਆ ਐਜੂਕੇਸ਼ਨ ਪ੍ਰੋਵਿੰਸ ਦੇ ਨਾਲ ਜੁੜਿਆ ਹੋਇਆ ਮੁੱਦਾ ਹੁੰਦਾ ਹੈਗਾ ਆ ਐਂਡ ਵੀ ਆਰ ਹੀਅਰਿੰਗ ਦੈਟ ਪੀਪਲ ਆਰ ਨੋਟ ਹੈਪੀ ਵਿਦ ਦ ਕੱਟਸ ਦੇ ਆਰ ਹੀਅਰਿੰਗ ਫਰੋਮ ਦੇਅਰ ਚਿਲਡਰਨ ਸਕੂਲਸ ਫਰੋਮ ਦ ਟੀਚਰਸ ਦੇ ਆਰ ਹੀਅਰਿੰਗ ਫਰੋਮ ਦ ਕਿਡਸ ਦਮਸੈਲਵਸ ਵੀ ਉਹ ਕਿਸ ਤਰ੍ਹਾਂ ਫੀਲ ਕਰਦੇ ਹੈਗੇ ਨੇ ਅਤੇ ਬੱਚੇ ਜੋ ਆ ਰਹੇ ਹੈਗੇ ਨੇ ਵਾਲੰਟੀਅਰਸ ਵੀ ਜੋ ਸਾਡੇ ਕੈਂਪੇਨ 'ਚ ਆ ਰਹੇ ਨੇ ਉਹਨਾਂ ਤੋਂ ਵੀ ਇਹੀ ਗੱਲਬਾਤ ਸੁਣੀ ਵੀ ਹੈਗੀ ਆ ਬਹੁਤ ਜ਼ਿਆਦਾ ਸੋ ਆਈ ਥਿੰਕ ਖਾਸ ਕਰਕੇ ਉਹ ਹੋਟ ਇਸ਼ੂਜ਼ ਹੈਗੇ ਨੇ ਅੱਜ ਕੱਲ੍ਹ ਵੀ ਡਗ ਫੋਰਡ ਨੇ ਜੋ ਡਿਸੀਜਨਸ ਬਣਾਈਆਂ ਹੈਗੀਆਂ ਨੇ ਪ੍ਰੋਵਿੰਸ ਦੇ ਵਿੱਚ ਰੂਬੀ ਜੀ ਹੁਣ ਅਸੀਂ ਦੇਖਦੇ ਹਾਂ ਕਿ ਕਈ ਇਸ਼ੂਜ਼ ਹੈਗੇ ਨੇ ਡੈਫੀਨੇਟਲੀ ਹਰ ਚੋਣਾਂ ਦੇ ਵਿੱਚ ਕਈ ਇਸ਼ੂਜ਼ ਆਉਂਦੇ ਨੇ ਔਰ ਇੱਕ ਇਸ਼ੂ ਜਿਹੜਾ ਹੁਣ ਜ਼ਿਆਦਾ ਉੱਠ ਰਿਹਾ ਹਾਊਸਿੰਗ ਅਫੋਰਡੇਬਿਲਿਟੀ ਦਾ ਵੀ ਹੈਗਾ ਹੈ ਕੀ ਪਲਾਨ ਹੈ ਲਿਬਰਲ ਪਾਰਟੀ ਦਾ ਹਾਊਸਿੰਗ ਅਫੋਰਡੇਬਿਲਿਟੀ ਸੰਬੰਧੀ ਹਾਂਜੀ ਅਫੋਰਡੇਬਿਲਿਟੀ ਇਸ਼ੂਜ਼ ਆਰ ਟੌਪ ਆਫ ਦੀ ਅਜੈਂਡਾ ਐਂਡ ਆਈ ਨੋ ਜਿਹੜੇ ਵੀ ਪੋਲਸ ਹੁੰਦੇ ਹੈਗੇ ਆ ਕੈਨੇਡੀਅਨਸ ਆਰ ਟਾਕਿੰਗ ਅਬਾਊਟ ਅਫੋਰਡੇਬਿਲਿਟੀ ਸੋ ਆਈ ਥਿੰਕ ਇਹ ਜਨਰਲੀ ਵੀ ਇੱਕ ਡਿਸਕਸ਼ਨ ਹੈਗਾ ਆ ਅਫੋਰਡੇਬਿਲਿਟੀ ਪਿਛਲੀ ਕੈਂਪੇਨ ਦੇ ਵਿੱਚ ਵੀ ਉੱਠ ਰਿਹਾ ਸੀਗਾ ਦੈਟਸ ਵਾਈ ਅਸੀਂ ਕਿਹਾ ਸੀ ਵੀ ਅਸੀਂ ਮਿਡਲ ਕਲਾਸ ਨੂੰ ਜ਼ਿਆਦਾ ਸਹੂਲਤਾਂ ਦੇਵਾਂਗੇ ਕੈਨੇਡਾ ਚਾਈਲਡ ਬੈਨੀਫਿਟ ਬਣਾਵਾਂਗੇ ਹੁਣ ਵੀ ਅਸੀਂ ਜੋ ਪਹਿਲਾਂ $15,000 ਹੈਗਾ ਆ ਇਨਕਮ ਦਾ ਉਹਦੇ 'ਤੇ ਜ਼ੀਰੋ ਟੈਕਸ ਕਰ ਦੇਵਾਂਗੇ ਐਂਡ ਜੋ ਹਾਊਸਿੰਗ ਇਨਸੈਂਟਿਵ ਹੈਗਾ ਜੋ ਹਾਊਸਿੰਗ ਅਫੋਰਡੇਬਿਲਿਟੀ ਦੀ ਅਸੀਂ ਗੱਲ ਕੀਤੀ ਹੈਗੀ ਆ ਉਹਦੇ ਲਈ ਵੀ ਨਿਊ ਫਸਟ ਟਾਈਮ ਹੋਮ ਬਾਇਰਸ ਲਈ ਇਨਸੈਂਟਿਵ ਦਿੱਤਾ ਜਾ ਰਿਹਾ ਹੈਗਾ ਆ ਵੇਅਰ ਅ ਹੋਮ ਜੋ ਆਲਮੋਸਟ 8 lakh ਦਾ ਘਰ ਹੈਗਾ ਆ ਉਹਦੇ ਉੱਤੇ ਤੁਹਾਨੂੰ 10% ਡਾਊਨ ਪੇਮੈਂਟ ਗਵਰਨਮੈਂਟ ਵੀ ਨਹੀਂ ਮਿਲ ਸਕਦੀ ਹੈਗੀ ਆ ਐਂਡ ਉਹ ਜੋ ਪੈਸੇ ਹੈਗੇ ਨੇ ਉਹ ਤੁਹਾਨੂੰ ਵਾਪਸ ਦੇਣ ਦੀ ਨਹੀਂ ਲੋੜ ਹੈਗੀ ਜਿੰਨਾ ਚਿਰ ਤੁਸੀਂ ਘਰ ਨੂੰ ਵੇਚਦੇ ਨਹੀਂ ਹੈਗੇ ਜਾਂ 25 saal ਨਹੀਂ ਹੋ ਜਾਂਦੇ ਸੋ ਦਿਸ ਵਿਲ ਹੈਲਪ ਗੈਟ ਅ ਲੋਟ ਆਫ ਫਸਟ ਟਾਈਮ ਹੋਮ ਬਾਇਰਸ ਸਪੈਸ਼ਲੀ ਫਸਟ ਟਾਈਮ ਦੀ ਮੈਂ ਸਟਰਗਲ ਜ਼ਿਆਦਾ ਸੁਣਦੀ ਹਾਂ ਭਾਵੇਂ ਉਹ ਨਵੇਂ ਇਮੀਗ੍ਰੈਂਟ ਨੇ ਭਾਵੇਂ ਆਪਣੇ ਬੱਚੇ ਹੈਗੇ ਨੇ ਜੋ ਪਹਿਲੀ ਵਾਰ ਲੈ ਰਹੇ ਹੈਗੇ ਨੇ ਵੀ ਉਹਨਾਂ ਲਈ ਜ਼ਿਆਦਾ ਮੁਸ਼ਕਲ ਆ ਰਿਹਾ ਹੈਗਾ ਕਿਉਂਕਿ ਜੋ ਇੱਕ ਘਰ ਵੇਚ ਕੇ ਦੂਸਰਾ ਘਰ ਲੈ ਰਿਹਾ ਉਹਨਾਂ ਲਈ ਥੋੜ੍ਹਾ ਈਜ਼ੀਅਰ ਹੈਗਾ ਕਿਉਂਕਿ ਉਹਨਾਂ ਦਾ ਵੀ ਵੈਲਿਊ ਕਾਰਡ ਦਾ ਬਹੁਤ ਅਪ ਚਲਿਆ ਗਿਆ ਹੈਗਾ ਆ ਓਵਰ ਦ ਈਅਰਸ ਸੋ ਵੀ ਆਰ ਵਰੀਡ ਅਬਾਊਟ ਫਸਟ ਟਾਈਮ ਹੋਮ ਬਾਇਰਸ ਦ ਮੋਸਟ ਐਂਡ ਹੋਰ ਵੀ ਇਸ਼ੂਜ਼ ਉੱਠ ਰਹੇ ਹੈਗੇ ਨੇ ਮਾਈ ਕੰਸਟੀਚੂਐਂਟਸ ਹੈਵ ਬ੍ਰੌਟ ਅਪ ਅਦਰ ਇਸ਼ੂਜ਼ ਅਬਾਊਟ ਮੋਰਗੇਜਸ ਐਂਡ ਅਸੀਂ ਮੋਨੀਟਰ ਕਰ ਰਹੇ ਹੈਗੇ ਹਾਂ ਸਾਰੀ ਸਿਚੁਏਸ਼ਨਸ ਨੂੰ ਅਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਹੈਗੇ ਹਾਂ ਵੀ ਜੋ ਕ੍ਰਾਈਸਿਸ ਅਮੈਰੀਕਾ ਦੇ ਵਿੱਚ ਹੋਇਆ ਸੀਗਾ ਉਹ ਇੱਥੇ ਕੈਨੇਡਾ ਦੇ ਵਿੱਚ ਨਾ ਹੋਵੇ ਹੋਮ ਬਾਇਰਸ ਦੇ ਨਾਲ ਐਂਡ ਵੀ ਵਾਂਟ ਟੂ ਮੇਕ ਸ਼ੋਰ ਦੈਟ ਪੀਪਲ ਡੋਨਟ ਐਂਡ ਅਪ ਓਵਰ ਸਪੈਂਡਿੰਗ ਫੋਰ ਦੇਅਰ ਹੋਮ ਸੋ ਆਪਾਂ ਦੇਖ ਰਹੇ ਹੈਗੇ ਹਾਂ ਜੋ ਕੁਛ ਚੇਂਜਸ ਅਸੀਂ ਪਿਛਲੇ ਸਾਲ ਲਿਆਂਦੀਆਂ ਸੀ ਉਹਦੇ ਨਾਲ ਮਾਰਕੀਟ ਥੋੜ੍ਹੀ ਜਿਹੀ ਕਾਮ ਡਾਊਨ ਹੋਈ ਹੈਗੀ ਆ ਬਹੁਤ ਜ਼ਿਆਦਾ ਮਲਟੀਪਲ ਬਿਡਿੰਗ ਹੋ ਰਹੀ ਸੀਗੀ ਓਵਰ ਵੈਲਿਊ ਲੋਕ ਖਰੀਦ ਰਹੇ ਸੀਗੇ ਐਂਡ ਦੈਟਸ ਅ ਡੇਂਜਰਸ ਪੈਟਰਨ ਕਿਉਂਕਿ ਜੋ ਡੈਟ ਹੈਗਾ ਵੱਧ ਰਿਹਾ ਹੈਗਾ ਅਤੇ ਜਦੋਂ ਅਸੀਂ ਓਵਰ ਪ੍ਰਾਈਸ ਵੀ ਖਰੀਦ ਰਹੇ ਹੈਗੇ ਹੋ ਅਤੇ ਉਹ ਪ੍ਰਾਈਸ ਥੱਲੇ ਵੀ ਆ ਸਕਦੀ ਹੈਗੀ ਆ ਕਿਸੇ ਟਾਈਮ ਦੈਟਸ ਵਨ ਅਮੈਰੀਕਾ ਹੈਡ ਦੇਅਰ ਹਾਊਸਿੰਗ ਕ੍ਰਾਈਸਿਸ ਸੋ ਇਸ ਤਰ੍ਹਾਂ ਅਸੀਂ ਬਹੁਤ ਇੱਕ ਰਿਸਪੋਂਸੀਬਲ ਗਵਰਨਮੈਂਟ ਹੈਗੇ ਹਾਂ ਰਿਸਪੋਂਸੀਬਲ ਤਰੀਕੇ ਦੇ ਨਾਲ ਇਹਨੂੰ ਮੋਨੀਟਰ ਕਰ ਰਹੇ ਹੈਗੇ ਹਾਂ ਨੰਬਰਸ ਦੇਖ ਰਹੇ ਹੈਗੇ ਹਾਂ ਓਵਰਆਲ ਨਾ ਕਿ ਸਿਰਫ ਵੀ ਕੁਛ ਇੰਡਸਟਰੀਜ਼ ਦਾ ਫਾਇਦਾ ਕਿੱਥੇ ਹੋਊਗਾ ਪਰ ਲੋਕਾਂ ਦਾ ਕੈਨੇਡੀਅਨਸ ਦਾ ਭਲੇ ਦੇ ਵਿੱਚ ਉਹਨਾਂ ਦੇ ਭਲੇ ਲਈ ਕਿਸ ਤਰ੍ਹਾਂ ਰਿਸਪੋਂਸੀਬਿਲਿਟੀ ਜਿਹਦੇ ਨਾਲ ਅਸੀਂ ਰੈਗੂਲੇਸ਼ਨਸ ਬਣਾ ਸਕਦੇ ਹਾਂ ਕਿਉਂਕਿ ਪ੍ਰੋਬਲਮ ਅਮੈਰੀਕਾ ਦੇ ਵਿੱਚ ਇਹੀ ਸੀ ਉਹ ਰੈਗੂਲੇਟ ਅੰਡਰ ਰੈਗੂਲੇਟਡ ਸੀਗੇ ਅਤੇ ਉਹਦੇ ਕਰਕੇ ਉਹ ਕ੍ਰਾਈਸਿਸ ਉੱਠਿਆ ਸੀ ਮੈਂ ਉੱਥੇ ਹੀ ਰਹਿ ਰਹੀ ਸੀ ਪੜ੍ਹ ਰਹੀ ਸੀ ਉਸ ਟਾਈਮ 'ਤੇ ਜਦੋਂ ਉਹ ਕ੍ਰਾਈਸਿਸ ਆਇਆ ਸੀਗਾ ਐਂਡ ਮੈਂ ਦੇਖਿਆ ਸੀ ਵੀ ਨੇਬਰਹੁੱਡ ਦੇ ਨੇਬਰਹੁੱਡਸ ਹੀ ਖਾਲੀ ਚਲੇ ਗਏ ਸੀਗੇ ਦੇ ਵਰ ਗੋਨ ਬੈਂਕਰਪਟ ਐਂਡ ਪੂਰੇ ਨੇਬਰਹੁੱਡਸ ਦੇ ਵਿੱਚ ਜਦੋਂ ਇੱਦਾਂ ਹੁੰਦਾ ਹੈਗਾ ਆ ਉੱਥੇ ਫਿਰ ਉਸ ਤੋਂ ਬਾਅਦ ਕ੍ਰਾਈਮ ਵੱਧਦੀ ਹੈਗੀ ਆ ਹੋਰ ਬਹੁਤ ਸੋਸ਼ਲ ਪ੍ਰੋਬਲਮਸ ਉੱਠਦੀਆਂ ਹੈਗੀਆਂ ਨੇ ਸੋ ਵੀ ਵਾਂਟ ਟੂ ਮੇਕ ਸ਼ੋਰ ਵੀ ਕੈਨੇਡਾ ਜਿਸ ਤਰ੍ਹਾਂ ਉਸ ਟਾਈਮ ਵੀ
उस प्रॉब्लम तो बाहर रहा हैगा भी आने वाले समय के भी इस तरह का कोई क्राइसिस ना हो. सो वी आर मेकिंग श्योर कीपिंग अ वेरी क्लोज आई. पर सेम टाइम असी फर्स्ट टाइम होम बायर्स नू भी सपोर्ट देना चाहते हो भी वो होम एक पॉसिबल ड्रीम होवे उन्हां दा. एंड आवर नंबर्स आर लुकिंग वेरी गुड. जो अमेरिका के नाल कंपेयर करिए जो ड्रीम हैगा या जो अमेरिकन ड्रीम कहते होंगे सी असलियत दे विच तो एक कनेडियन ड्रीम हैगी है क्योंकि इत्थे परसेंटेज वाइज वी हैव मोर होम ओनर्स. We have more higher wages here. We have more people with college and university degrees in Canada. So jo asli dream hai ga, I think Canada de vich tusi pa sakde hege ho. And we want to make sure that jede log o Canadian dream jeena chahunde hege unna layi ek opportunity hove. लिबरल उम्मीदवार रूबी सहोता अपने चोन प्रचार दौरान कम्युनिटी सेंटर पहुंचे जिथे उन्होंने बुजुर्गों के नाल मुलाकात करके उन्हां दीआं मुश्किलां सुनियां ते लिबरल पार्टी दी सीनियर संबंधी पॉलिसी दी जानकारी दित्ती. ਜ਼ਿਕਰਯੋਗ ਹੈ ਕਿ ਲਿਬਰਲ ਪਾਰਟੀ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਮੁੜ ਤੋਂ ਜਿੱਤਦੀ ਹੈ ਤੇ ਸੀਨੀਅਰਸ ਨੂੰ ਕਾਫੀ ਰਿਆਇਤਾਂ ਦਿੱਤੀਆਂ ਜਾਣਗੀਆਂ ਜਿਸ ਨਾਲ ਹੋਰ ਪੈਸਾ ਉਹਨਾਂ ਦੀ ਜੇਬ ਵਿੱਚ ਆਏਗਾ. ਰੂਬੀ ਸੋਤਾ ਸ਼ੀ ਇਸ ਫਸਟ ਆਫ ਆਲ ਸ਼ੀ ਇਸ ਵੈਰੀ ਐਜੂਕੇਟਿਡ ਐਂਡ ਸ਼ੀ ਇਸ ਵੈਰੀ ਸੌਫਟ ਸਪੋਕਨ ਸ਼ੀ ਆਲਵੇਸ ਕੇਅਰ ਅਬਾਊਟ ਸੀਨੀਅਰਸ ਐਂਡ ਸ਼ੀ ਆਲਵੇਸ ਵੈਲਕਮ ਵੈਨ ਯੂ ਕਮ ਟੂ ਹਰ ਹਰ ਆਫਿਸ. ਆਈ ਨੋ ਲਾਈਕ ਰੂਬੀ ਸੋਤਾ ਸ਼ੀ ਇਸ ਵੈਰੀ ਇੰਟਰਸਟਿਡ ਇਨ ਪੰਜਾਬੀ ਸ਼ੀ ਇਸ ਵੈਰੀ ਗੁੱਡ. ਉਹ ਬਹੁਤ ਪੰਜਾਬੀ ਦੇ ਲੋਕਾਂ ਨਾਲ ਬਹੁਤ ਸੋਹਣੀ ਗੱਲਬਾਤ ਕਰਦੀ ਆ. ਕਦੀ ਵੀ ਉਹਦੇ ਆਫਿਸ 'ਚ ਆਈਏ ਵੈਲਕਮ ਕਰਦੀ ਆ. ਐਂਡ ਸਾਰੇ ਸ਼ੀ ਇਸ ਐਜੂਕੇਟਡ ਵਿਚ ਇਸ ਵੈਰੀ ਮੇਨ ਐਂਡ ਸੋ ਸਾਰੇ ਮੈਂ ਜਿੰਨੇ ਵੀ ਯੰਗ ਜਨਰੇਸ਼ਨ ਆ ਦੈਟਸ ਇਸ ਦੇ ਸ਼ੁੱਡ ਫੋਲੋ ਹਰ ਐਂਡ ਉਹਨਾਂ ਨੂੰ ਵੀ ਜਾਣੀ ਉੱਦਾਂ ਕਰਨਾ ਚਾਹੀਦਾ ਸਾਰਾ ਕੁਛ. ਮੁੱਦੇ ਸੀਨੀਅਰਾਂ ਦੇ ਆਈ ਥਿੰਕ ਜ਼ਿਆਦਾ ਉਹਨਾਂ ਨੂੰ ਥੋੜ੍ਹਾ ਬਹੁਤ ਬੈਨੀਫਿਟ ਜੇ ਕਿਸੇ ਵੀ ਤਰ੍ਹਾਂ ਦੇ ਹੋ ਸਕਣ ਤਾਂ ਚੰਗਾ ਹੈਗਾ ਹੈ ਕਿਉਂਕਿ ਜਿਹੜੀ ਮਹਿੰਗਾਈ ਆ ਨਾ ਉਹ ਵੱਧ ਰਹੀ ਆ ਅਤੇ ਸੀਨੀਅਰਾਂ ਨੂੰ ਤਾਂ ਪੈਨਸ਼ਨ ਬਹੁਤ ਥੋੜ੍ਹੀ ਆ. ਸੋ ਉਹ ਇਹ ਥੋੜ੍ਹਾ ਜਿਹਾ ਇੱਥੇ ਲੁੱਕ ਆਫਟਰ ਕਰਨ. ਪਿਛਲੇ ਸਾਲ ਨਾਲੋਂ ਵੀ ਜੋ ਪਿਛਲੀ ਟਰਮ ਸੀਗੀ ਉਹਦੇ ਵਿੱਚ ਤਾਂ ਇਲੈਕਸ਼ਨ ਦੇ ਵਿੱਚ ਰੂਬੀ ਆਪ ਖੁਦ ਨਵੀਂ ਸੀ ਇਸ ਡਿਸੀਜ਼ਨ ਦੇ ਵਿੱਚ ਕਿਉਂਕਿ ਉਸ ਵਕਤ ਮੇਰੇ ਕਰਕੇ ਜ਼ਿਆਦਾ ਇਲੈਕਸ਼ਨ ਦੇ ਉੱਤੇ ਮੇਰੇ ਇਕੱਲੇ ਦੇ ਉੱਤੇ ਸੀਗਾ ਕਾਫੀ ਬੋਝ. ਪਰ ਇਸ ਵਾਰ ਰੂਬੀ ਨੇ ਲੋਕਾਂ ਦੇ ਵਿੱਚ ਆਪਦਾ ਨਾਂ ਉਸ ਨਾਲੋਂ ਵੀ ਜ਼ਿਆਦਾ ਬਣਾ ਲਿਆ. ਐਤਕੀ ਜ਼ਿਆਦਾ ਉਸ ਨਾਲ ਵੀ ਮੇਰਾ ਖਿਆਲ ਡਬਲ ਵੋਟਾਂ ਦੇ ਉੱਤੇ ਸਾਨੂੰ ਜਿੱਤਣ ਦੀ ਆਸ ਹੈ ਬਹੁਤ ਜ਼ਿਆਦਾ ਕਿਉਂਕਿ ਰੂਬੀ ਦਾ ਨਾਂ ਹਰ ਇੱਕ ਦੇ ਘਰ ਘਰ 'ਚ ਇਹਨੇ ਆਪ ਪੈਦਾ ਕੀਤਾ. ਪਾਰਲੀਮੈਂਟ 'ਚ ਬੋਲ ਕੇ ਇੱਥੋਂ ਦੇ ਇਸ਼ੂ ਸੀਗੇ ਬ੍ਰਹਮਪਟਨ ਨੌਰਥ ਦੇ ਉਹਨਾਂ ਦੇ ਉੱਤੇ ਬੋਲ ਬੋਲ ਕੇ ਜੋ ਸਾਡੀ ਕੌਮੀ ਇਸ਼ੂ ਸੀਗੇ ਉਹਨਾਂ 'ਤੇ ਬੋਲ ਕੇ ਕੈਨੇਡਾ ਦੇ ਲੋਕਾਂ ਲਈ ਬਜ਼ੁਰਗਾਂ ਲਈ ਬੱਚਿਆਂ ਲਈ ਹਰ ਪਹਿਲੂ ਦੇ ਉੱਤੋਂ ਜਾ ਕੇ ਇਹਨੇ ਪਾਰਲੀਮੈਂਟ ਦੇ ਵਿੱਚ ਜਿਸ ਕੰਮ ਲਈ ਇਹਨੂੰ ਭੇਜਿਆ ਸੀ ਇਹਨੇ ਬਾਹਰ ਖੂਬੀ ਪਿਛਲੇ 4 ਸਾਲਾਂ ਦੇ ਵਿੱਚ ਕੀਤਾ. ਉਹਦੇ ਨਾਲ ਇਹਦਾ ਲੋਕਾਂ ਦੇ ਮਨਾਂ ਦੇ ਵਿੱਚ ਆਮ ਤੌਰ 'ਤੇ ਬੀਬੀਆਂ ਦੇ ਵਿੱਚ ਬਹੁਤ ਸਤਿਕਾਰ ਹੈ ਅਤੇ ਬਹੁਤ ਉਹਨਾਂ ਦੇ ਘਰ ਕੀਤਾ ਹੈ. ਉਹਨਾਂ ਨੇ ਆਟੋਮੈਟਿਕਲੀ ਮੇਰਾ ਖਿਆਲ ਬਹੁਤ ਜ਼ਿਆਦਾ ਬਹੁਤ ਭਾਰੀ ਗਿਣਤੀ ਦੇ ਨਾਲ ਇਸ ਵਕਤ ਇਸ ਵਾਰੀ ਇਹ ਵੋਟਾਂ ਦੇ ਨਾਲ ਜਿੱਤੇ. ਅਕਤੂਬਰ ਨੂੰ ਹੋਣ ਜਾ ਰਹੀਆਂ ਫੈਡਰਲ ਚੋਣਾਂ ਲਈ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇਜ਼ੀ ਦੇ ਨਾਲ ਜਾਰੀ ਹੈ. ਫੈਡਰਲ ਪਾਰਟੀ ਲੀਡਰਸ ਦੇ ਨਾਲ ਨਾਲ ਉਮੀਦਵਾਰਾਂ ਵੱਲੋਂ ਵੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਘਰ ਘਰ ਜਾ ਕੇ ਲੋਕਾਂ ਨੂੰ ਆਪਣੀ ਪਾਰਟੀ ਪਾਲਿਸੀਜ਼ ਦੀ ਜਾਣਕਾਰੀ ਦੇਣ ਕਿਉਂਕਿ ਆਖਰੀ ਫੈਸਲਾ ਸਿਰਫ ਵੋਟਰਸ ਦੇ ਹੱਥ ਵਿੱਚ ਹੀ ਹੁੰਦਾ ਹੈ.
ਫੈਡਰਲ ਚੋਣਾਂ ਦੀ ਚੋਣ ਮੁਹਿੰਮ ਸੰਬੰਧੀ ਸਾਡੀ ਇਹ ਖਾਸ ਪੇਸ਼ਕਸ਼ ਕੱਲ ਵੀ ਜਾਰੀ ਰਹੇਗੀ ਜਿਸ ਵਿੱਚ ਅਸੀਂ ਤੁਹਾਡੀ ਮੁਲਾਕਾਤ ਇੱਕ ਹੋਰ ਉਮੀਦਵਾਰ ਦੇ ਨਾਲ ਕਰਵਾਵਾਂਗੇ। ਜੇ ਤੁਸੀਂ ਅੱਜ ਦੇ ਇਸ ਐਪੀਸੋਡ ਸੰਬੰਧੀ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤੇ ਲਿਖ ਕੇ ਜ਼ਰੂਰ ਭੇਜੋ feedback@ptcnetwork.com ਤੇ ਹੁਣ ਵੇਲਾ ਹੋ ਗਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮਿਲਾਂਗੇ ਕੱਲ, ਧੰਨਵਾਦ।